ਸੀਜ਼ਨ 10 ਤੱਕ ਆਉਂਦੇ ਆਉਂਦੇ ਵੋਇਸ ਆਫ ਪੰਜਾਬ ਛੋਟਾ ਚੈਮ ਦੀ ਜੋ ਜਰਨੀ ਹੈ, ਹਰ ਸਾਲ ਪੰਜਾਬ ਦਾ ਉਹ ਟੈਲੈਂਟ ਆਪਾਂ ਲਿਆ ਕੇ ਲੋਕਾਂ ਦੇ ਅੱਗੇ ਦੇ ਸਕਦੇ ਹਾਂ ਜਿਹਨੂੰ ਡਿਜ਼ਰਵ ਕਰਦਾ ਜਿਹੜਾ ਟੈਲੈਂਟ ਕਿ ਉਹਨੂੰ ਸ਼ੋਕੇਸ ਮਿਲੇ, ਵਰਲਡ ਵਾਈਡ ਸਟੇਜ ਮਿਲੇ ਅਤੇ ਕਾਮਯਾਬੀ ਮਿਲੇ। ਇਹ ਸਟਾਰਸ ਨੇ, ਇਹਨਾਂ ਨੂੰ ਸ਼ੋਜ਼ ਵੀ ਮਿਲਣੇ ਆ, ਇਹਨਾਂ ਦੀ ਪਰਫੋਰਮੈਂਸ ਐਜ਼ ਗੁੱਡ ਐਜ਼ ਐਨੀ ਪ੍ਰੋਫੈਸ਼ਨਲ ਸਿੰਗਰ ਐਸ। 10 ਸਾਲ ਦੀ ਜਰਨੀ ਵਿੱਚ ਜਿੰਨੇ ਬੱਚੇ ਤੋਂ ਨਿਕਲੇ ਆ, ਅਫਸਾਨਾ ਵੀ ਇੱਥੋਂ ਨਿਕਲੇ, ਸਾਰੇ ਨਿਕਲੇ ਤੋਂ, ਉਹ ਅੱਜ ਇੰਸਪੀਰੇਸ਼ਨ ਬਣ ਰਹੇ ਆਉਣ ਵਾਲੀ ਪੀੜ੍ਹੀ ਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ PTC ਪੰਜਾਬੀ ਅਤੇ ਇਸ ਸਮੇਂ ਮੈਂ ਹੈਗੀ ਹਾਂ ਵੋਇਸ ਆਫ ਪੰਜਾਬ ਛੋਟਾ ਚਾਂਦ ਸੀਜ਼ਨ 10 ਦੇ ਗ੍ਰੈਂਡ ਫਿਨਾਲੇ ਤੇ, ਐਂਡ ਸਾਡੇ ਨਾਲ ਜੁੜ ਚੁੱਕੀ ਨੇ PTC ਦੇ ਕਰਤਾ ਧਰਤਾ ਯਾਨੀ ਕਿ MD ਪ੍ਰੈਜ਼ੀਡੈਂਟ ਆਫ PTC ਨੈਟਵਰਕ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੇ ਤੁਸੀਂ? ਇਸ ਵੇਲੇ ਤਾਂ ਤਕਦਕ ਵਾਲਾ ਮੋਬਾਈਲ ਹੈ, ਜਜਮੈਂਟ ਆਉਣ ਵਾਲੀ ਹੈ, ਇਹਨਾਂ 'ਚੋਂ ਕਿਹੜਾ ਜਿੱਤੇਗਾ ਕਿਹੜਾ ਨਹੀਂ ਜਿੱਤੇਗਾ ਇਹ ਤਾਂ ਆਪਾਂ ਹਜੇ ਨਹੀਂ ਦੱਸ ਸਕਦੇ, ਚੱਲ ਰਿਹਾ ਕੰਮ, ਪਰ ਇਹ ਸਾਰੇ ਵਿਨਰ ਹੈ ਸਾਡੇ ਲਈ। ਇਹ ਇੱਦਾਂ ਦਾ ਕਮਾਲ ਦਾ ਟੈਲੈਂਟ ਹੈ, ਸੀਜ਼ਨ 10 ਤੱਕ ਆਉਂਦੇ ਆਉਂਦੇ ਵੋਇਸ ਆਫ ਪੰਜਾਬ ਛੋਟਾ ਚੈਮ ਦੀ ਜੋ ਜਰਨੀ ਹੈ, ਜਦੋਂ ਇਹ ਆਉਂਦੇ ਸੀ ਬੱਚੇ, ਇਹ ਵਿਚਾਰੇ ਨਾ ਇੱਧਰ ਉੱਧਰ ਦੇਖ ਰਹੇ ਹੁੰਦੇ ਸੀ ਕਿੱਧਰ ਜਾਣਾ, ਕਿੱਧਰ ਖੜ੍ਹਨਾ, ਕਿਵੇਂ ਗਾਉਣਾ, ਪਰ ਜਦੋਂ ਇਹ ਜਾ ਰਹੇ ਇੱਥੋਂ, ਇਹ ਸਟਾਰਸ ਨੇ, ਇਹਨਾਂ ਨੂੰ ਸ਼ੋਜ਼ ਵੀ ਮਿਲਣੇ ਆ, ਇਹਨਾਂ ਦੀ ਪਰਫੋਰਮੈਂਸ ਐਜ਼ ਗੁੱਡ ਐਜ਼ ਐਨੀ ਪ੍ਰੋਫੈਸ਼ਨਲ ਸਿੰਗਰ ਇਸ ਵੇਲੇ। ਅਤੇ ਸਾਨੂੰ ਤਾਂ ਇਹ ਦਿਲ ਨੂੰ ਬੜੀ ਖੁਸ਼ੀ ਹੁੰਦੀ ਹੈ, ਹਰ ਸਾਲ ਪੰਜਾਬ ਦਾ ਉਹ ਟੈਲੈਂਟ ਆਪਾਂ ਲਿਆ ਕੇ ਲੋਕਾਂ ਦੇ ਅੱਗੇ ਦੇ ਸਕਦੇ ਹਾਂ ਜਿਹਨੂੰ ਡਿਜ਼ਰਵ ਕਰਦਾ ਜਿਹੜਾ ਟੈਲੈਂਟ ਕਿ ਉਹਨੂੰ ਸ਼ੋਕੇਸ ਮਿਲੇ, ਵਰਲਡ ਵਾਈਡ ਸਟੇਜ ਮਿਲੇ ਅਤੇ ਕਾਮਯਾਬੀ ਮਿਲੇ। ਅਤੇ ਇਹ ਜੋ ਇਹਨਾਂ ਦੇ ਬੈਕਗਰਾਊਂਡ ਨੇ ਸਾਰਿਆਂ ਦੇ, ਤੁਸੀਂ ਦੇਖੋਗੇ ਬੜੀ ਸਟਰਗਲ ਨਾਲ ਇਹ ਆਪਣੀ ਲਾਈਫ ਸ਼ੁਰੂ ਕੀਤੀ ਹੈ, ਇਹਨਾਂ ਨੇ ਬਹੁਤ ਔਖਿਆਈਆਂ ਚੱਲ ਰਹੇ ਹੈ। ਮੈਨੂੰ ਉਮੀਦ ਇਹ ਹੈ ਕਿ ਅੱਜ ਤੋਂ ਬਾਅਦ ਇਹਨਾਂ ਦੇ ਘਰਦਿਆਂ ਨੂੰ ਮਾਣ ਹੋਏਗਾ ਕਿ ਮੇਰੇ ਬੱਚੇ ਗਾਉਂਦੇ ਹੈ, ਇਹ ਸਾਡੀ ਅਚੀਵਮੈਂਟ ਤਾਂ ਹੀ ਹੋਣੀ ਬਸ ਜੀ। ਅਤੇ ਹੁਣ ਵਿਨਰ ਜੋ ਹੈ ਜਲਦੀ ਅਨਾਊਂਸ ਹੋਣ ਵਾਲਾ ਹੈ, ਯੂਨੋ ਇਸ ਚੀਜ਼ ਦਾ ਵੇਟ ਬਹੁਤ ਸਾਰੇ ਲੋਕਾਂ ਨੇ ਬਹੁਤ ਦੇਰ ਤੋਂ ਕੀਤਾ ਸੀ। ਸੋ ਹਜੇ ਮੈਂ ਸਭ ਤੋਂ ਪਹਿਲਾਂ ਪੁੱਛਾਂਗੀ ਕਿ ਵੋਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 10 ਹੈ, 10 ਸਾਲ ਹੋ ਚੁੱਕੇ ਨੇ, 10 ਸਾਲ ਦੀ ਜਰਨੀ ਰਹੀ ਹੈ ਅਤੇ ਤੁਹਾਡੀ ਜਰਨੀ ਤਾਂ ਇਸ ਦੇ ਨਾਲ ਨਾਲ ਹੀ ਰਹੀ ਹੈ। ਸੋ ਇਹ 10 ਸਾਲ ਦੀ ਜਰਨੀ ਬਾਰੇ ਕੀ ਕਹੋਗੇ? ਮੈਂ ਇਹ ਦੱਸਿਆ ਨਾ ਤੁਹਾਨੂੰ, ਇਹ ਜਰਨੀ ਜਦੋਂ ਆਪਾਂ ਸ਼ੁਰੂ ਕੀਤਾ ਨਾ ਤਾਂ ਵਿਚਾਰੇ ਬੱਚੇ ਨਾ ਟੈਂਟੇਟਿਵ ਜੀ ਸੀ, ਉਸ ਵੇਲੇ ਟੈਲੈਂਟ ਵੀ ਘੱਟ ਆਉਂਦਾ ਸੀ, ਨਿਕਲ ਕੇ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਵੀ ਕੀ ਹੋਏਗਾ, ਕਿਵੇਂ ਚੱਲੂਗਾ ਇਹ ਸਾਰਾ ਕੁਝ, ਇਹ ਕਿੱਧਰ ਪਹੁੰਚਣਗੇ, ਕੁਝ ਹੋਏਗਾ ਵੀ ਕਿ ਨਹੀਂ, ਪਤਾ ਨਹੀਂ, ਕੋਈ ਸਵਾਰਿਸ਼ ਤਾਂ ਨਹੀਂ ਚੱਲਦੀ ਹੋਣੀ। ਤੁਸੀਂ ਅੱਜ ਦੇਖੋਗੇ ਇੱਦਾਂ ਦਾ ਟੈਲੈਂਟ ਹੈ ਜਿਨ੍ਹਾਂ ਦੇ ਮਾਂ ਪਿਓ ਵਿਚਾਰੇ ਦਿਹਾੜੀਆਂ ਕਰਦੇ, ਉਹ ਬੱਚੇ ਨੇ ਜਿਨ੍ਹਾਂ ਟੈਲੈਂਟ ਅੰਦਰੋਂ ਕੂਟ ਕੂਟ ਕੇ ਭਰਿਆ ਹੋਇਆ, ਉਹਨਾਂ ਨੂੰ ਇਹ ਮੰਚ ਮਿਲਦਾ। ਇਸ ਮੰਚ ਤੋਂ ਜਦੋਂ ਜਾ ਕੇ ਰਣਜੀਤ ਬਾਵਾ ਕੌਰ ਵੀ ਤਨਿਸ਼ ਕੌਰ ਇਹ ਬਣਦੇ ਹਨ ਨਾ ਜਦੋਂ ਜਾ ਕੇ, ਤਾਂ ਸਾਨੂੰ ਲੱਗਦਾ ਕਿ ਉਪਰਾਲਾ ਸਾਡਾ ਸਫਲ ਰਿਹਾ। 10 ਸਾਲ ਦੀ ਜਰਨੀ ਵਿੱਚ ਜਿੰਨੇ ਬੱਚੇ ਤੋਂ ਨਿਕਲੇ ਆ, ਅਫਸਾਨਾ ਵੀ ਇੱਥੋਂ ਨਿਕਲੇ, ਸਾਰੇ ਨਿਕਲੇ ਤੋਂ, ਉਹ ਅੱਜ ਇੰਸਪੀਰੇਸ਼ਨ ਬਣ ਰਹੇ ਆਉਣ ਵਾਲੀ ਪੀੜ੍ਹੀ ਦੇ। ਉਹਨਾਂ ਨੂੰ ਕਦੇ ਇਹ ਨਹੀਂ ਲੱਗੇਗਾ ਕਿ ਆਪਾਂ ਗਾਉਂਦੇ ਹੈ ਕਿ ਗਾ ਕੇ ਆਪਾਂ ਕੀ ਕਰਾਂਗੇ, ਕਿੱਥੇ ਪਹੁੰਚਾਂਗੇ, ਕੋਈ ਮੰਚ ਮਿਲੇਗਾ, ਕਿੰਨਾ ਪੈਸਾ ਲੱਗੂਗਾ, ਪਤਾ ਨਹੀਂ ਕਿਵੇਂ ਸਵਾਰੀ 'ਚ ਲੱਗੂਗੀ, ਕੀ ਹੋਏਗਾ। ਪਿਓਰ ਟੈਲੈਂਟ ਐਂਡ ਪਿਓਰ ਟੈਲੈਂਟ ਵਿਨਸ ਟੂਡੇ ਫੋਰ ਦੀ ਹੋਲ ਆਫ ਪੰਜਾਬ।